ਹੁਣ ਅਸੀਂ ਜਾਣ ਲੱਗੇ ਹਾਂ ਸ਼ਾਹ ਹੁਸੈਨ ਜੀ ਦੇ ਦਰਬਾਰ। ਆ ਇਕਮਵੀਰ ਸਿੰਘ। ਯੈਸ ਯੈਸ ਯਾ ਜਾਣਾ ਨਾ। ਯੈਸ ਹੁਣੇ ਮੈਂ ਤੁਹਾਨੂੰ ਸ਼ਾਹ ਹੁਸੈਨ ਜੀ ਦੇ ਦਰਸ਼ਨ ਕਰਾਵਾਂਗਾ ਦਰਬਾਰ ਜੀ ਦੇ। ਲਾਲਾ ਪੀਰ ਪਰ ਇਧਰ ਲੈਫਟ ਸਾਈਡ ਦੇ ਲਾਲਾ ਵਾਲਾ ਪੀਰ ਜੀ। ਤੁਸੀਂ ਦੇਖ ਸਕਦੇ ਹੋ ਸ਼ਾਹ ਹੁਸੈਨ ਜੀ। ਸ਼ਾਹ ਹੁਸੈਨ ਜੀ ਸੀ ਜੋ ਗੁਰੂ ਅਮਰਦਾਸ ਜੀ ਕੋਲ ਜਾਂਦੇ ਹੁੰਦੇ ਸੀ ਅਤੇ ਉਹਨਾਂ ਦੀ ਦਰਗਾਹ ਹੈਗੀ ਹੈ। ਦੇਵੀ ਦਰਸ਼ਨ ਕਰਾਵਾਂਗਾ। ਹੁਣ ਅਸੀਂ ਆਏ ਹਾਂ, ਐਕਚੁਅਲੀ ਸਾਡੀ ਇੱਧਰ ਪਹਿਲੀ ਹੈ। ਇਹ ਤੁਹਾਨੂੰ ਮੈਂ ਆਪਣੀ ਪਹਿਲੀ ਵੀ ਦਿਖਾ ਰਿਹਾ। ਖੇਤਾਂ ਦੇ ਵਿੱਚ ਤਾਂ ਨਜ਼ਾਰੇ ਹੀ ਅਲੱਗ ਹੁੰਦੇ ਆ ਜੀ। ਤੁਸੀਂ ਦੇਖ ਸਕਦੇ ਹੋ ਚਿੱਟੇ ਬੰਗਲੇ। ਸਾਡੀ ਸਾਰੀ ਇੱਧਰੋਂ ਦੀ ਲੈ ਕੇ ਉੱਧਰ ਤੱਕ ਪੈ ਲਈ ਹੈ।
ਉਹ ਸਾਹਮਣੇ ਪੂਰੀ ਆ ਪੂਰੀ ਤੱਕ ਉਹ ਉਧਰ ਬੋਰਡ ਤੱਕ ਟਾਲੀ ਤੱਕ ਪੂਰੀ ਜਾ ਰਹੇ ਹੋ ਪੱਲੇ ਬਣ ਕੋ ਲੰਬੀ ਤੁਸੀਂ ਦੇਖ ਸਕਦੇ ਹੋ ਗੁਰੂ ਨਾਨਕ ਦੇਵ ਦਰਬਾਰ ਇਹ ਗੁਰੂ ਨਾਨਕ ਦੇਵ ਜੀ ਦਾ ਹੈ ਬੇਰ ਸਾਹਿਬ ਪਰ ਇੱਧਰ ਗੁਰੂ ਨਾਨਕ ਦੇਵ ਜੀ 13 ਸਾਲ ਕੁਛ ਮਹੀਨੇ ਰਹੇ ਸੀ ਅਤੇ ਉਹੀ ਸਥਾਨ ਹੈ ਔਰ ਆਹ ਗੁਰੂ ਨਾਨਕ ਦੇਵ ਜੀ ਨੇ ਦਾਤਨ ਲਗਾਈ ਸੀ ਇੱਧਰ ਇੱਧਰ ਗੁਰੂ ਨਾਨਕ ਦੇਵ ਜੀ ਨੇ ਦਾਤਨ ਲਗਾਈ ਸੀ ਜਦੋਂ ਬੇਰੀ ਉੱਗਦੀ ਸੀ ਇਹ ਆ ਜਾ ਇੱਕ ਇੱਧਰ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਅਸੀਂ ਹੁਣ ਗਏ ਹਾਂ ਇੱਧਰ ਤਪੱਸਿਆ ਕੀਤੀ ਸੀ ਔਰ ਇੱਧਰ ਆ ਗੁਰਦੁਆਰੇ ਆ ਬੇੜ ਸਾਹਿਬ ਹੈ ਬੇਰੀ ਉਗਾਈ ਸੀ ਜਦ ਏਕਮ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਬੇੜ ਸਾਹਿਬ ਜੀ ਮੇਰਾ ਭਤੀਜਾ ਔਰ ਔਰ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਇੱਧਰ ਖੁਦ ਬੂਟਾ ਲਗਾਇਆ ਸੀ ਇੱਧਰ ਅਤੇ ਇੱਧਰ ਉਹ ਉਹੀ ਬੇਰੀ ਹੈਗੀ ਹੈ ਗੁਰਦੁਆਰਾ ਤੁਸੀਂ ਦੇਖ ਸਕਦੇ ਹੋ ਓਏ ਨਹੀਂ ਨਹੀਂ ਉੱਧਰ ਨਹੀਂ ਆਉਣਾ ਜਾ ਕਿਵੇਂ ਦਾ ਲੱਗ ਰਿਹਾ ਇੱਕ ਅੱਛਾ ਲੱਗ ਰਿਹਾ ਨਾ ਅਸੀਂ ਬੇਰੀ ਸਾਹਿਬ ਜੀ ਦੇ ਥੱਲੇ ਬੈਠੇ ਹਾਂ ਤੁਸੀਂ ਦੇਖ ਸਕਦੇ ਹੋ ਇੱਧਰ ਬੇਰੀ ਸਾਹਿਬ ਜੀ ਇੱਧਰ ਬਹੁਤ ਆਨੰਦ ਆ ਰਿਹਾ ਤੁਹਾਨੂੰ ਵੀ ਆਉਣ ਤਾਰਾ ਨੂੰ ਮੱਥਾ ਟੇਕਣਾ ਚਾਹੀਦਾ ਸੁਲਤਾਨਪੁਰ ਲੋਧੀ ਦੇ ਵਿੱਚ ਹੈ ਗੁਰਦੁਆਰਾ ਚੱਲ ਚੱਲ ਆਰਾਮ ਬੋਲ ਵਾਹਿਗੁਰੂ ਹਾਂ ਕਰੋ ਵਾਹਿਗੁਰੂ ਵਾਹਿਗੁਰੂ ਚਲੋ 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 ਅਸੀਂ ਨਿਕਲਣ ਲੱਗੇ ਇੱਥੋਂ ਦੀ ਮੱਥਾ ਟੇਕ ਕੇ ਅੱਜ ਬਹੁਤ ਜ਼ਿਆਦਾ ਹੀ ਭੀੜ ਹੈ ਹਾਂ ਪਿੰਡ ਤਲਵੰਡੀ ਚੌਧਰੀਆਂ ਦਾ ਹੁਣ ਅਸੀਂ ਵਾਪਸੀ ਜਾਣ ਲੱਗੇ ਹਾਂ ਵਿੱਚੋਂ ਵਿੱਚੋਂ ਦੀ ਰਾਤੀ 9 ਵਜੇ ਤੱਕ ਅਸੀਂ ਪਹੁੰਚਾਂਗੇ
ਹੁਣ ਅਸੀਂ ਨਿਕਲਣ ਲੱਗੇ ਹਾਂ ਇੱਧਰੋਂ ਦੀ ਰੈਸਟੋਰੈਂਟ ਤੋਂ। ਅਸੀਂ ਇੱਧਰ ਦਾ ਫੇਮਸ ਰੈਸਟੋਰੈਂਟ ਹੈ ਕਪੂਰਥਲੇ ਇੱਧਰ ਸੁਲਤਾਨਪੁਰ ਦਾ, ਅਤੇ ਇੱਧਰ ਆਲੂ ਪੂੜੀ ਖਾਧੀ ਅਤੇ ਹੁਣ ਅਸੀਂ ਨਿਕਲਣ ਲੱਗੇ ਹਾਂ। ਵਾਪਸੀ ਦਿੱਲੀ ਦਾ ਸਫ਼ਰ ਹੈ ਪੂਰਾ। ਮੇਰਾ ਭਤੀਜਾ, ਸਭ ਨੂੰ ਸਤਿ ਸ਼੍ਰੀ ਅਕਾਲ ਕਰੋ। ਸੁਲਤਾਨਪੁਰ ਲੋਧੀ ਦਾ ਸ਼ਹਿਰ ਉਹ ਬੇਬੇ ਨਾਨਕੀ ਦਾ ਗੁਰਦੁਆਰਾ ਅੰਦਰ ਛੋਟੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਦਾ ਅੰਦਰ ਗੁਰਦੁਆਰਾ, ਬਾਬਾ ਸ਼੍ਰੀ ਚੰਦ ਜੀ ਦਾ ਔਰ ਬਾਬਾ ਲਕਸ਼ਮੀ ਦਾਸ ਜੀ। ਮੈਂ ਕਿਹਾ ਕਿਤੇ ਨਹੀਂ, ਸੁਲਤਾਨਪੁਰ ਲੋਧੀ ਤੇ ਮਾਰਕੀਟ ਤੁਸੀਂ ਦੇਖ ਰਹੇ ਹੋ ਜਮਾ ਹੀ ਇੱਥੇ ਆ। ਗੁਰੂ ਅਰਜਨ ਦੇਵ ਜੀ ਆਏ ਆ, ਗੁਰੂ ਹਰਗੋਬਿੰਦ ਸਾਹਿਬ ਆਏ ਆ, ਗੁਰੂ ਨਾਨਕ ਸਾਹਿਬ। ਹਾਂ, ਹੁਣ ਅਸੀਂ ਪਹੁੰਚ ਚੁੱਕੇ ਹਾਂ ਮੈਰੀਪੁਰ। ਔਰ ਸਾਨੂੰ ਅਸੀਂ ਪਹੁੰਚਾਂਗੇ ਰਾਤੀ 9-10 ਵਜੇ ਤੱਕ ਆਰਾਮ ਨਾਲ। ਗਾਇਜ਼, ਹੁਣ ਅਸੀਂ ਚੱਲੇ ਹਾਂ ਵਾਪਸੀ ਦਿੱਲੀ, ਅਤੇ ਹੁਣ ਅਸੀਂ ਖਾ ਪੀ ਕੇ ਹੁਣੇ ਨਿਕਲੇ ਹਾਂ। ਔਰ ਪੂਰਾ ਇੱਕ ਦਿਨ ਦਾ ਸਫ਼ਰ ਸੀ ਪੰਜਾਬ ਦਾ, ਤਲਵੰਡੀ ਚੌਧਰੀਆਂ ਦੀ ਪਿੰਡ ਸੀ, ਅਤੇ ਹੁਣ ਅਸੀਂ ਵਾਪਸੀ ਜਾ ਰਹੇ ਹਾਂ। ਪਲੀਜ਼ ਮੇਰੀ ਵੀਡੀਓ ਐਂਡ ਤੱਕ ਦੇਖਣਾ ਔਰ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕਰਨਾ। ਥੈਂਕ ਯੂ।